मकान मकान मैं घर तो भी बेला हो गया सारे बच्चे ਕੀ ਕਰਨ ਲੱਗੇ ਸੀ ਤੁਸੀਂ ਚਾਹ ਬਣਾਉਣ ਲੱਗੇ ਸੀ ਸਿਲੰਡਰ ਨੂੰ ਆਪਣੇ ਆਪ ਅੱਗ ਪਰ ਸਿਲੰਡਰ ਕਿੱਥੇ ਹੈ ਸਿਲੰਡਰ ਨੇ ਇੱਥੇ ਦੇਖਦਾ ਪਿਆ ਸਿਲੰਡਰ ਕੰਪਨੀ ਵਾਲੇ ਲੈ ਗਏ ਉਹ ਗੱਲ ਲੈ ਗਏ ਬਿਨਾਂ ਪੁੱਛੇ ਦੱਸੇ ਲੈ ਗਏ ਉਹ ਕਹਿੰਦੇ ਸਿਲੰਡਰ ਸਾਨੂੰ ਦੇ ਦੇ ਹਾਂ ਮੈਂ ਆਪੇ ਚੱਕ ਇੱਥੇ ਦੋ ਮੁੰਡੇ ਆਏ ਸੀ ਉਹ ਹਰੇ ਕੱਪੜੇ ਵਾਲੇ ਉਹ ਲੈ ਗਏ ਅੱਛਾ ਤੇ ਕੰਪਨੀ ਵਾਲੇ ਆਏ ਸੀ ਉਹ ਕੁਝ ਕਹਿ ਕੇ ਨਹੀਂ ਗਏ ਕੁਝ ਵੀ ਨਹੀਂ ਉਹ ਬੋਲੇ ਨਹੀਂ ਉਹ ਤਾਂ ਅੱਜ ਤਾਂ ਹੁਣ ਕਹਿੰਦੇ ਕਿ ਕਹਿੰਦੇ ਆਪਣੇ 500 ਇਕੱਠੇ ਕਰਕੇ ਸਾਰੇ ਦੇ ਦਿਓ ਗਰੀਬ ਬੰਦਾ ਸਰ ਛੱਤਾਂ ਛੁੱਤਾਂ ਵੀ ਉੜਦੀਆਂ ਸਾਰੀਆਂ ਮਕਾਨ ਮਕਾਨ ਮੈਂ ਤਾਂ ਘਰ ਤੋਂ ਵੀ ਵਿਹਲਾ ਹੋ ਗਿਆ ਸਾਰੇ ਬੱਚੇ ਵਿਹਲੇ ਗੁਰੈਂ ਦੇ ਪਿੰਡ ਤੁਲੇਤਾ ਵਿਖੇ ਇੱਕ ਗਰੀਬ ਪਰਿਵਾਰ ਦੇ ਘਰ ਗੈਸ ਸਿਲੰਡਰ ਫਟਣ ਦਾ ਹਾਦਸਾ ਵਾਪਰ ਗਿਆ ਜਿਸ ਨਾਲ ਉਸ ਦੇ ਘਰ ਦੀਆਂ ਛੱਤਾਂ ਤੱਕ ਉੱਡ ਗਈਆਂ ਅਤੇ ਘਰ 'ਚ ਪਿਆ ਸਮਾਨ ਵੀ ਸੜ ਕੇ ਸੁਆਹ ਹੋ ਗਿਆ ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਜਸਵੀਰ ਜੱਸਾ ਨੇ ਦੱਸਿਆ ਉਹ ਤੇ ਉਸ ਦੀ ਬੇਟੀ ਘਰ 'ਚ ਸਨ ਉਸ ਦੀ ਬੇਟੀ ਦੀ ਤਬੀਅਤ ਠੀਕ ਨਹੀਂ ਸੀ ਜਸਵੀਰ ਖੁਦ ਚਾਹ ਬਣਾਉਣ ਲਈ ਰਸੋਈ 'ਚ ਗਿਆ ਜਿਸ ਨੇ ਜਿਵੇਂ ਹੀ ਗੈਸ ਚਲਾਇਆ ਤਾਂ ਸਿਲੰਡਰ ਨੂੰ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਅੱਗ ਵੱਧ ਗਈ ਪਿਓ ਧੀ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ ਅੱਗ ਲੱਗਣ ਨਾਲ ਜ਼ੋਰਦਾਰ ਧਮਾਕਾ ਹੋਇਆ ਰਸੋਈ 'ਚ ਪਿਆ ਸਾਰਾ ਸਮਾਨ ਜਿਸ 'ਚ ਫਰਿੱਜ ਸਿਲੰਡਰ ਗੈਸ ਚੁੱਲ੍ਹਾ ਰਾਸ਼ਨ ਨਾਲ ਕਮਰੇ 'ਚ ਪਿਆ ਬੈੱਡ ਗੱਦੇ ਕੱਪੜੇ ਮੋਬਾਈਲ ਫੋਨ ਸੜ ਕੇ ਸੁਆਹ ਹੋ ਗਏ ਇਸ ਹਾਦਸੇ ਨਾਲ ਉਸਦੇ ਘਰ ਦੀਆਂ ਛੱਤਾਂ ਵੀ ਡਿੱਗ ਗਈਆਂ ਉਹਨਾਂ ਕਿਹਾ ਕਿ ਘਰ ਦੇ ਨਾਲ ਹੀ ਪੁਲਿਸ ਚੌਂਕੀ ਹੈ ਜਿੱਥੇ ਉਹਨਾਂ ਸੂਚਨਾ ਦਿੱਤੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਲਈ ਕਿਹਾ ਪਰ ਪੁਲਿਸ ਮੁਲਾਜ਼ਮ ਨੇ ਕਿਹਾ ਉਸ ਕੋਲ ਨੰਬਰ ਨਹੀਂ ਹੈ ਜਿਸ ਤੋਂ ਬਾਅਦ ਕਾਫੀ ਮਸ਼ਕਤ ਮਗਰੋਂ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ ਪੀੜਤ ਪਰਿਵਾਰ ਇੱਕ ਗਰੀਬ ਪਰਿਵਾਰ ਹੈ ਜੋ ਸਾਈਕਲ ਤੇ ਪਿੰਡ ਪਿੰਡ ਜਾ ਕੇ ਗੋਲਗੱਪੇ ਵੇਚ ਕੇ ਗੁਜ਼ਾਰਾ ਕਰਦਾ ਹੈ ਜੋ ਹੁਣ ਘਰੋਂ ਬੇਘਰ ਹੋ ਗਿਆ ਹੈ ਜਿਸ ਨੇ ਮਦਦ ਦੀ ਗੁਹਾਰ ਲਗਾਈ ਹੈ ਇੱਥੇ ਦੱਸ ਦਈਏ ਕਿ ਅੱਗ ਲੱਗਣ ਤੋਂ ਬਾਅਦ ਗੈਸ ਏਜੰਸੀ ਦੇ ਮੁਲਾਜ਼ਮ ਵੀ ਮੌਕੇ ਤੇ ਆਏ ਸਨ ਜੋ ਸਿਲੰਡਰ ਲੈ ਗਏ ਸਨ ਤੇ ਬਾਅਦ 'ਚ ਵਾਪਸ ਕਰ ਗਏ ਕੀ ਨਾਂ ਜੀ ਤੁਹਾਡਾ ਜਸਵੀਰ ਜੱਸਾ ਕਿਹੜਾ ਪਿੰਡ ਹੈ ਜੀ ਤੁਲੇਤਾ ਕੀ ਆ ਗਿਆ ਕੀ ਵਾਕਿਆ ਕੀ ਹੋਇਆ ਇੱਥੇ ਤੁਹਾਡੇ ਘਰ ਆਹ ਦੇਖਿਆ ਸੀ ਆ ਛੱਤ ਛੁੱਤ ਤੋੜੀ ਕੀ ਕਰਨ ਲੱਗੇ ਸੀ ਤੁਸੀਂ ਚਾਹ ਬਣਾਉਣ ਲੱਗੇ ਸੀਗੇ ਹਾਂਜੀ ਸਿਲੰਡਰ ਨੂੰ ਆਪਣੇ ਆਪ ਅੱਗ ਪੈ ਗਈ ਤੇ ਘਰ ਕੌਣ ਕੌਣ ਸੀਗਾ ਘਰ ਇੱਕ ਗੁੱਡੀ ਸੀ ਇੱਕ ਮੈਂ ਸੀ ਗੁੱਡੀ ਤਾਂ ਇੱਧਰ ਪਈ ਸੀ ਦੂਸਰੇ ਕਮਰੇ 'ਚ ਜਦ ਅੱਗ ਲੱਗੀ ਮੈਂ ਇਹਨੂੰ ਫਟਾਫਟ ਕਿਹਾ ਮੈਂ ਕਿਹਾ ਅੱਗ ਲੱਗ ਗਈ ਆ ਵੀ ਤੂੰ ਬਾਹਰ ਹੋ ਜਾ ਆਪਣੀ ਜਾਨ ਤਾਂ ਬਚਾਓ ਹਾਂਜੀ ਹਾਂਜੀ ਤੇ ਧਮਾਕਾ ਹੋਇਆ ਫਿਰ ਸਿਲੰਡਰ ਦਾ ਹਾਂਜੀ ਧਮਾਕਾ ਹੋਇਆ ਸਾਰੇ ਇੱਥੇ ਸੀਗੇ ਹਾਂਜੀ ਅੱਗ ਬੁਝਾਉਣੀ ਫਿਰ ਹੁਣ ਅੱਗ ਬੁਝਾਈ ਕਿੱਦਾਂ ਇਹ ਬੁਝਾਈ ਸਾਰੇ ਇਕੱਠੇ ਹੋਏ ਸੀਗੇ ਪਿੰਡ ਵਾਲਿਆਂ ਨੇ ਪਿੰਡ ਵਾਲਿਆਂ ਨੇ ਮਕਾਨ ਸਰ ਛੱਤਾਂ ਛੁੱਟਾਂ ਵੀ ਉੜ ਗਈਆਂ ਸਾਰੀਆਂ ਹੋਰ ਕੀ ਸੀ ਰਸੋਈ ਦੇ ਵਿੱਚ ਹੋਰ ਕੀ ਕੁਛ ਸੀਗਾ ਰਸੋਈ ਦੇ ਵਿੱਚ ਫਰਿੱਜ ਸੀ ਹਾਲੇ ਥੋੜੇ ਚਿਰੇ ਹੋਏ ਸੀ ਲਈ ਹਾਂ 20-22 ਹਜ਼ਾਰ ਦੀ ਫਰਿੱਜ ਸੀਗੀ ਹੋਰ ਕੀ ਸੀ ਅੰਦਰ ਕੁੱਕਰ ਕਾਕਰ ਸਮਾਨ ਜਿਹੜਾ ਹੁੰਦਾ ਰਸੋਈ ਦੇ ਵਿੱਚ ਖੰਡ ਖੁੰਡ ਵਗੈਰਾ ਸੀਗੀ ਇੱਧਰ ਦਾਣਾ ਦੂੜਾ ਸੀਗੀ ਬੈੱਡ ਬੁੱਡ ਜਿਹੜਾ ਇੱਧਰ ਇੱਧਰ ਵੀ ਅੱਗ ਪੈ ਗਈ ਹਾਂਜੀ ਇੱਧਰ ਵੀ ਬਿਸਤਰੇ ਵੀ ਲੂਹ ਹੋ ਗਏ ਸਾਰੇ ਕੰਮ ਕੀ ਕਰਦੇ ਤੁਸੀਂ ਕੰਮ ਮੈਂ ਤਾਂ ਕੋਲ ਕਰਦੇ ਵੇਚਦਾ ਸਾਈਕਲ ਤੇ ਉੱਪਰ ਵੀ ਅਸੀਂ ਦੇਖਿਆ ਹਾਂ ਕੱਪੜਾ ਕੁੱਪੜਾ ਨੂੰ ਅੱਗ ਪਈ ਹੈ ਸੇਕ ਉੱਪਰ ਸੁੱਕਣੇ ਪਏ ਸੀ ਛੱਤ ਦੇ ਉੱਤੇ ਉਹ ਵੀ ਸਾਰੇ ਸੜ ਗਏ ਸਿਲੰਡਰ ਕਿੱਥੇ ਹੈ ਸਿਲੰਡਰ ਨੇ ਇੱਥੇ ਦੇਖਦਾ ਪਿਆ ਸਿਲੰਡਰ ਕੰਪਨੀ ਵਾਲੇ ਲੈ ਗਏ ਸੀ ਉਹ ਗੱਲ ਲੈ ਗਏ ਬਿਨਾਂ ਪੁੱਛੇ ਦੱਸੇ ਲੈ ਗਏ ਉਹ ਕਹਿੰਦੇ ਸਿਲੰਡਰ ਸਾਨੂੰ ਦੇ ਦੇ ਹਾਂ ਮੈਂ ਆਪੇ ਚੱਕ ਇੱਥੇ ਦੋ ਮੁੰਡੇ ਆਏ ਸੀ ਉਹ ਹਰੇ ਕੱਪੜੇ ਵਾਲੇ ਉਹ ਲੈ ਗਏ ਅੱਛਾ ਹਾਂਜੀ ਨਾਲ ਉਹ ਦੂਸਰਾ ਸੀਗਾ ਕੀ ਇਹ ਵਜ੍ਹਾ ਕੀ ਲੱਗਦੀ ਹੈ ਤੁਹਾਨੂੰ ਜਿਹੜਾ ਇਹ ਗੈਸ ਸਿਲੰਡਰ ਫਟਿਆ ਆ ਕੀ ਵਜ੍ਹਾ ਕੀ ਲੱਗਦੀ ਹੈ ਕੰਪਨੀ ਵੱਲੋਂ ਇਹ ਕੋਈ ਲੀਕੇਜ ਵਗੈਰਾ ਸੀ ਗੈਸ ਦੀ ਜਾਂ ਕੀ ਸੀਗਾ ਮੈਨੂੰ ਤਾਂ ਇੱਧਰ ਆ ਕੇ ਵੀ ਲੀਕ ਹੋਣਾ ਹੈ ਲੀਕ ਕਰਦਾ ਹੋਊਗਾ ਹਾਂਜੀ ਹੁਣ ਕੀ ਮੰਗ ਕੀ ਕਰਦੇ ਤੁਸੀਂ ਤੁਹਾਡੇ ਸਾਹਮਣੇ ਹੀ ਹਾਂ ਆ ਮਕਾਨ ਮਕਾਨ ਮੈਂ ਤਾਂ ਘਰ ਤੋਂ ਵੀ ਵਿਹਲਾ ਹੋ ਗਿਆ ਸਾਰੇ ਬੱਚੇ ਵਿਹਲਾ ਹੋ ਗਿਆ ਤੇ ਕੰਪਨੀ ਵਾਲੇ ਆਏ ਸੀ ਉਹ ਕੁਛ ਕਹਿ ਕੇ ਨਹੀਂ ਗਏ ਕੁਛ ਵੀ ਨਹੀਂ ਉਹਨਾਂ ਬੋਲੇ ਨਹੀਂ ਉਹ ਤਾਂ ਅੱਜ ਤਾਂ ਹੁਣ ਕਹਿੰਦੇ ਸੀ ਉਹ ਕਹਿੰਦੇ ਆਪਣੇ 500-500 ਇਕੱਠੇ ਕਰਕੇ ਸਾਰੇ ਦੇ ਦਿਓ ਗਰੀਬ ਬੰਦਾ ਆ ਕੀ ਨਾਂ ਗੁੜੇ ਤੁਹਾਨੂੰ ਕੀ ਇਹ ਵਾਕਿਆ ਕੀ ਹੋਇਆ ਗਾ ਘਰ ਗੈਸ ਸਿਲੰਡਰ ਕਿੱਥੇ ਪਿਆ ਸੀਗਾ ਕਿੱਦਾਂ ਰਸੋਈ 'ਚ ਸੀਗਾ ਸਿਲੰਡਰ ਪਿਆ ਉਹਨੂੰ ਅੱਗ ਪੈ ਗਈ
ਕੀ ਚਾਹ ਵਗੈਰਾ ਬਣਾ ਲੱਗੇ ਸੀ ਹਾਂਜੀ ਚਾਹ ਬਣਾਉਣ ਲੱਗੇ ਸੀ ਮੈਂ ਇੱਧਰ ਸੀਗੀ ਮੇਰਾ ਸਿਰ ਦਰਦ ਕਰਦਾ ਸੀ ਡੈਡੀ ਕਹਿੰਦਾ ਮੈਂ ਆਪੇ ਬਣਵਾ ਲੈਂਦੀ ਉਹ ਫਿਰ ਜਦੋਂ ਗੈਸ ਸਹਿਮਤ ਕੀਤਾ ਸੀ ਫਿਰ ਜਦੋਂ ਬੰਦ ਕਰਨ ਲੱਗੇ ਉਹਦੇ ਚੱਲ ਪਏ ਹਾਂ ਤੇ ਧਮਾਕਾ ਹੋਇਆ ਤੁਸੀਂ ਅੰਦਰ ਸੀ ਜਦੋਂ ਧਮਾਕਾ ਹੋਇਆ ਜਾਂ ਚੱਲ ਗਿਆ ਸੀ ਭੱਜ ਗਿਆ ਸੀਗੇ ਡੈਡੀ ਕਹਿੰਦੇ ਚੱਲ ਕਹਿੰਦੇ ਅੱਗ ਪੈ ਗਈ ਆ ਉਦੋਂ ਚੱਲ ਗਿਆ ਇੱਥੇ ਸਾਰਾ ਸਮਾਨ ਪਿਆ ਸੀ ਬਲਾਸਟ ਹੋਇਆ ਮਤਲਬ ਹਾਂਜੀ ਤੇ ਫਿਰ ਇਹਦੇ ਕਿੱਦਾਂ ਭਜਾਈ ਵੀ ਕਿੱਦਾਂ ਛੱਤਾਂ ਛੁੱਤਾਂ ਸਾਰੀਆਂ ਉਹਦੇ ਕਰਕੇ ਉੜੀਆਂ ਹਾਂਜੀ ਮਿੱਟੀ ਨਾਲ ਮੁੜ ਕੇ ਕੰਪਨੀ ਵਾਲੇ ਆਏ ਸੀ ਕੌਣ ਆਏ ਸੀਗੇ ਇੱਥੇ ਹਾਂਜੀ ਹਰੇ ਕੱਪੜੇ ਵਾਲੇ ਸੀਗੇ ਕੀ ਵਜ੍ਹਾ ਕੀ ਇਹਦੀ ਅੱਗ ਲੱਗਣ ਦੀ ਵਜ੍ਹਾ ਕੀ ਲੱਗਦੀ ਹੈ ਤੁਹਾਨੂੰ ਸਿਲੰਡਰ ਲੀਕ ਸੀਗਾ